ਅਪੀਲ ਲਗਤਾ ਤਾਂ ਜੀ ਦਰਬਾਰ ਪਿੰਡ ਬੀੜਵਾਂਸੀਆਂ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ 43ਵਾਂ ਸਾਲਾਨਾ ਜੋੜ ਮੇਲਾ ਕਮੇਟੀ ਪ੍ਰਧਾਨ ਅਮਰਨਾਥ ਦੀ ਅਗਵਾਈ ਹੇਠ ਕਰਵਾਇਆ ਗਿਆ। ਦਰਬਾਰ ਤੇ ਝੰਡਾ ਅਤੇ ਚਾਦਰ ਚੜਾਉਣ ਦੀ ਰਸਮ ਉਪਰੰਤ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਨਾਮਵਰ ਗਾਇਕਾਂ ਨੇ ਆਪਣੇ ਗੀਤਾਂ ਨਾਲ ਦਰਬਾਰ ਤੇ ਹਾਜ਼ਰੀ ਭਰੀ। ਸ਼ਾਮ ਸਮੇਂ ਛਿੰਝ ਮੇਲਾ ਕਰਵਾਇਆ ਗਿਆ, ਜਿਸ ਵਿੱਚ ਨਾਮਵਰ ਪਹਿਲਵਾਨਾਂ ਨੇ ਭਾਗ ਲਿਆ। ਪਟਕੇ ਤੇ 3 ਕੁਸ਼ਤੀਆਂ ਦੇ ਮੁਕਾਬਲੇ ਕਰਵਾਏ ਗਏ। ਜੇਤੂ ਅਤੇ ਉਪਜੇਤੂ ਪਹਿਲਵਾਨਾਂ ਨੂੰ ਕਮੇਟੀ ਵੱਲੋਂ ਨਗਦੀ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਮੇਟੀ ਵੱਲੋਂ ਸਹਿਯੋਗੀਆਂ ਨੂੰ ਦਰਬਾਰ ਦੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਮੇਟੀ ਪ੍ਰਧਾਨ ਅਮਰਨਾਥ, ਉਪ ਪ੍ਰਧਾਨ ਕਰਨੈਲ ਚੰਦ, ਖਜਾਨਚੀ ਮੱਖਣ ਰਾਮ, ਉਪ ਖਜਾਨਚੀ ਅਮਰਜੀਤ, ਸੈਕਟਰੀ ਦਿਲਾਵਰ ਚੰਦ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ। ਸਾਰੀਆਂ ਸੰਗਤਾਂ ਦਰਬਾਰ ਪੀ ਲਖਦਾ ਦਾਸ ਜੀ ਦੀ ਦਰਗਾਹ 'ਤੇ 29 ਜੂਨ 2023 ਨੂੰ ਸਾਲਾਨਾ ਜੋੜ ਮੇਲਾ ਪ੍ਰਬੰਧਕ ਕਮੇਟੀ ਵੱਲੋਂ, NREVA ਵੱਲੋਂ ਅਤੇ ਗ੍ਰਾਮ ਪੰਚਾਇਤ ਵੱਲੋਂ ਕਰਵਾਇਆ ਗਿਆ ਹੈ। ਸੋ ਸਾਰਿਆਂ ਨੇ, ਸਾਰੇ ਨਗਰ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਜੋ ਪ੍ਰੋਗਰਾਮ ਹੈ ਝੰਡੇ ਦੀ ਰਸਮ 9:30 ਵਜੇ ਦੇ ਕਰੀਬ ਕੀਤੀ ਗਈ ਆ ਅਤੇ ਚਾਦਰ ਦੀ ਰਸਮ 1:30 ਵਜੇ ਦੇ ਕਰੀਬ ਕੀਤੀ ਗਈ ਹੈ ਅਤੇ ਲੰਗਰ ਟੁੱਟ ਵਰਤਾਇਆ ਗਿਆ ਹੈ ਅਤੇ 3:30 ਵਜੇ ਦੇ ਕਰੀਬ ਸਿੰਝ ਦੀ ਰਸਮ ਹੋਣੀ ਹੈ। ਉਸ ਤੋਂ ਬਾਅਦ ਸਿੰਝ ਸਮਾਪਤ ਹੋ ਜਾਣੀ ਹੈ ਅਤੇ ਕਲਾਕਾਰ ਵੀ ਉੱਥੇ ਲੱਗਣਗੇ। ਰਾਤ ਨੂੰ ਨਕਲਾਂ ਹੋਣਗੀਆਂ। ਸਾਰਿਆਂ ਦੇ ਸਹਿਯੋਗ ਨਾਲ ਇਹ ਮੇਲਾ, ਸਾਰੇ ਨਗਰ ਦੇ ਸਹਿਯੋਗ ਨਾਲ ਇਹ ਮੇਲਾ ਕਰਵਾਇਆ ਗਿਆ ਹੈ। ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ। ਕਮੇਟੀ ਦੇ ਅਹੁਦੇਦਾਰ ਅਮਰਨਾਥ ਜੀ ਪ੍ਰਧਾਨ ਅਤੇ ਕਰਨੈਲ ਚੰਦ ਜੀ ਉਪ ਪ੍ਰਧਾਨ ਅਤੇ ਖਜਾਨਚੀ ਮੱਖਣ ਰਾਮ ਜੀ, ਖਜਾਨਚੀ ਉਪ ਖਜਾਨਚੀ ਅਮਰਜੀਤ ਜੀ ਅਤੇ ਸੈਕਟਰੀ ਦਿਲਾਵਰ ਚੰਦ ਜੀ, ਇਹ ਸਾਡੇ ਕਮੇਟੀ ਦੇ ਮੈਂਬਰ ਹਨ। ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦੀ ਹਾਂ।